ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਿਸ਼ਵ ਡਾਕਟਰ ਦਿਵਸ ਮੌਕੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ। ਪੁਲਿਸ ਨੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਬਰਾਮਦ ਕੀਤੀ 84,17,000 ਰੁਪਏ ਦੀ ਹਵਾਲਾ ਕਰੰਸੀ। ਬੀਜੇਪੀ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੇ ਵੈਸਟ ਬੰਗਾਲ ਦੇ ਹਾਲਾਤਾਂ ਤੇ ਸਾਂਝੇ ਕੀਤੇ ਆਪਣੇ ਵਿਚਾਰ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਾਮ ਥੌਰੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਵਿਸ਼ਵ ਡਾਕਟਰ ਦਿਵਸ ਮੌਕੇ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਅਵਸਰ ਤੇ ਸਿਵਲ ਸਰਜਨ ਡਾਕਟਰ ਸੁਮੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਮੂਹ ਜ਼ਿਲ੍ਹਾ ਅਧਿਕਾਰੀ, ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ ਅਤੇ ਵਿਸ਼ੇਸ਼ ਤੌਰ ਤੇ ਇੰਪਲੋਇਜ਼ ਵੈਲਫੇਅਰ ਦੇ ਚੇਅਰਮੈਨ ਰਾਕੇਸ਼ ਸ਼ਰਮਾ ਅਤੇ ਪੂਰੀ ਟੀਮ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੌਰੀ ਨੇ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਸਮੂਹ ਡਾਕਟਰਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵ ਡਾਕਟਰ ਦਿਵਸ ਮੌਕੇ ਸਮੂਹ ਡਾਕਟਰਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਡਾਕਟਰ ਪਰਮਿੰਦਰ ਸਿੰਘ, ਡਾਕਟਰ ਗੋਪਾਲ ਸਿੰਘ, ਡਾਕਟਰ ਕਮਲਪ੍ਰੀਤ ਕੌਰ, ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰਪਾਲ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ, ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਧਵਨ ਸਮੇਤ ਸਟਾਫ ਮੌਜੂਦ ਸੀ। ਅੱਜ ਵਰਲਡ ਡਾਕਟਰ ਡੇ ਹੈ, ਸੋ ਇਸ ਮੌਕੇ ਦੇ ਉੱਤੇ ਮੈਂ ਸਿਵਲ ਸਰਜਨ ਆਫਿਸ ਇੱਥੇ ਪਹੁੰਚਿਆ, ਸਿਵਲ ਹੋਸਪਿਟਲ, ਐਂਡ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰਸ ਡੇ ਦੇ ਉੱਤੇ ਸਾਰੇ ਡਾਕਟਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਬਹੁਤ ਬਹੁਤ ਸ਼ੁਭਕਾਮਨਾ ਮੇਰੇ ਵੱਲੋਂ, ਕਿਉਂਕਿ ਆਪਾਂ ਸਮਝਦੇ ਹਾਂ ਕਿ ਧਰਤੀ ਦੇ ਉੱਤੇ ਰੱਬ ਤੋਂ ਬਾਅਦ ਨਾ ਇੱਥੇ ਸਭ ਡਾਕਟਰਸ ਦਾ ਹੀ ਰੋਲ ਹੈ। ਸੋ ਇਟ ਇਜ਼ ਦੇ ਪਲੇ ਅ ਵੈਰੀ ਇੰਪੋਰਟੈਂਟ ਰੋਲ, ਐਂਡ ਸਪੈਸ਼ਲੀ ਗੌਰਮੈਂਟ ਡਾਕਟਰਸ, ਕਿਉਂਕਿ ਜਿਹੜਾ ਸਭ ਤੋਂ ਸਾਡਾ ਸੋਸਾਇਟੀ ਦਾ ਡਾਊਨ ਟਰੋਡਨ ਸੈਕਸ਼ਨ ਹੈ, ਸੋਸ਼ਲੀ ਐਂਡ ਇਕੋਨੋਮਿਕਲੀ ਜਿਹੜਾ ਵੀਕਰ ਸੈਕਸ਼ਨ ਹੈ, ਉਹਨੂੰ ਅਸੀਂ ਗੌਰਮੈਂਟ ਡਾਕਟਰਸ ਐਂਡ ਪੈਰਾਮੈਡੀਕਲ ਸਟਾਫ, ਉਹਨਾਂ ਦੇ ਕਰਮਚਾਰੀ, ਇਹ ਸਾਰੇ ਡੀਲ ਕਰਦੇ ਨੇ, ਐਂਡ ਬਹੁਤ ਹੀ ਜਿਹੜਾ ਹੈਗਾ ਇਹ ਪ੍ਰੈਸਟੀਜੀਅਸ ਐਂਡ ਸੋਸ਼ਲੀ ਨੋਬਲ ਕੌਜ਼ ਹੈ ਜਿਸ ਨੂੰ ਅਸੀਂ ਕੇਟਰ ਕਰਦੇ ਹਾਂ। ਸੋ ਸਾਰੇ ਡਾਕਟਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਦਿੱਤਾ ਹੈ। ਅਤੇ ਅੱਜ ਇਸ ਮੌਕੇ 'ਤੇ ਕੁਛ ਜਿਹੜੇ ਟੌਪ ਫੰਕਸ਼ਨਰੀਜ਼ ਨੇ, ਜਿਹੜੇ ਬਹੁਤ ਬੈਸਟ ਪਰਫੋਰਮਿੰਗ ਡਾਕਟਰਸ ਨੇ, ਉਹਨਾਂ ਨੂੰ ਵੀ ਸਿਵਲ ਸਰਜਨ ਸਾਹਿਬ ਵੱਲੋਂ ਇਹਨਾਂ ਨੇ ਔਰਗਨਾਈਜ਼ ਕਰਾਇਆ। ਸੋ ਵੀ ਹੈਵ ਟ੍ਰਾਈ ਟੂ ਆਨਰ ਦੈਮ, ਐਂਡ ਅਸੀਂ ਇੱਥੋਂ ਇੱਕ ਪਲਾਂਟੇਸ਼ਨ ਡਰਾਈਵ ਵੀ ਔਰਗਨਾਈਜ਼ ਕਰ ਰਹੇ ਹਾਂ, ਕਿਉਂਕਿ ਇਸ ਵਾਰ ਗੌਰਮੈਂਟ ਆਫ ਪੰਜਾਬ ਨੇ 10 ਲੱਖ ਪਲਾਂਟਸ ਦਾ ਵੀ ਟੀਚਾ ਦਿੱਤਾ। ਸੋ ਗੋ ਗ੍ਰੀਨ ਇਨੀਸ਼ੀਏਟਿਵ ਵੀ ਅਸੀਂ ਸਿਵਲ ਹੋਸਪਿਟਲ ਤੋਂ ਲਾਂਚ ਕਰ ਰਹੇ ਹਾਂ। ਦੇਖੋ ਇਹ ਸਾਰਾ ਆਪਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਜਿਹੜਾ ਡਾਊਨ ਟਰੋਡਨ ਸੈਕਸ਼ਨ ਹੀ ਖਾਸ ਕਰ ਜਿਹੜਾ ਹੈਗਾ, ਜਿੱਦਾਂ ਸਿਵਲ ਸਰਜਨ ਸਾਹਿਬ ਕਹਿ ਰਹੇ ਸੀ ਕਿ ਅਸੀਂ ਤਾਂ ਚਾਹਵਾਂਗੇ ਕਿ ਜਿਹੜੇ ਮੈਡੀਕਲ ਟੂਰਿਜ਼ਮ ਵਾਲੇ ਆਉਣ, ਬਟ ਆਈ ਥਿੰਕ ਇੰਡੀਆ ਵਿਲ ਟੇਕ ਸਮ ਟਾਈਮ ਫੋਰ ਡੈਟ ਟੂ ਰੀਚ, ਐਂਡ ਜਿਸ ਕੇਟਰ ਸੈਕਸ਼ਨ ਲਈ ਆਪਾਂ ਕੇਟਰ ਕਰਨਾ ਚਾਹੁੰਦੇ ਹਾਂ, ਜਿਹੜਾ ਸੋਸ਼ਲੀ ਐਂਡ ਇਕੋਨੋਮਿਕਲੀ ਵੀਕਰ ਹੈ, ਉਸ ਨੂੰ ਆਪਾਂ ਬੈਸਟ ਤਰੀਕੇ ਨਾਲ ਕੇਟਰ ਕਰ ਸਕੀਏ। ਹੁਣ ਇੱਥੇ ਤੁਸੀਂ ਦੇਖੋਗੇ ਆਮ ਆਦਮੀ ਕਲੀਨਿਕਸ ਵੀ ਬੜੇ ਕਾਰਪੋਰੇਟ ਸਟਾਈਲ ਦੇ ਵਿੱਚ ਬਣਾਏ ਗਏ ਨੇ, ਐਂਡ ਇਸ ਟਾਈਮ ਸਾਡੇ ਜ਼ਿਲ੍ਹੇ ਦੇ ਵਿੱਚ 72 ਆਮ ਆਦਮੀ ਕਲੀਨਿਕਸ ਲਗਾਤਾਰ ਚੱਲ ਰਹੇ ਨੇ, ਜਿੱਥੇ ਮੈਡੀਸਿਨ ਦੀ ਵੀ ਅਵੇਲੇਬਿਲਿਟੀ ਫੁੱਲ ਹੈ। ਪਿੱਛੇ ਗੌਰਮੈਂਟ ਨੇ ਮੀਟਿੰਗ ਲਿੱਤੀ ਅਤੇ ਉਹਨਾਂ ਨੇ ਕਿਹਾ ਵੀ ਇਟ ਵਿਲ ਬੀ ਇਨਸ਼ੋਰਡ ਬਾਈ ਦੀ ਕੰਸਰਨ SMO ਕਿ ਸਾਰੀ ਮੈਡੀਸਿਨਸ ਬਿਲਕੁਲ ਫ੍ਰੀ ਮਿਲੇ। ਡਾਕਟਰਸ ਦੇ ਉੱਪਰ ਅੱਜ ਦੇ ਵਾਸਤੇ ਅਸੀਂ ਕਹਿਣਾ ਚਾਹਾਂਗੇ ਕਿ ਡਾਕਟਰਸ ਨੂੰ ਕੋਈ ਆਪਾਂ ਯਾਦਗਾਰੀ ਕੋਈ ਨਹੀਂ ਬਣਾਉਣਾ, ਆਪਾਂ ਉਹਨਾਂ ਦੀ ਫੈਮਿਲੀਜ਼ ਬਾਰੇ,
ਜਿਹੜਾ ਕਰਕੇ ਉਹ ਆਪਣਾ ਟਾਈਮ ਪੇਸ਼ੈਂਟਸ ਨੂੰ ਡਿਵੋਟ ਕਰ ਸਕਣ, ਦੇ ਸਕਣ। ਉਹਨਾਂ ਨੂੰ ਆਪਾਂ ਉਨਾ ਹੀ ਯਾਦ ਰੱਖੀਏ ਕਿ ਕਿਸ ਤਰ੍ਹਾਂ ਉਹਨਾਂ ਨੇ ਮਿਹਨਤ ਕਰਕੇ ਆਪਣਾ ਟਾਈਮ ਬੱਚਿਆਂ ਤੋਂ ਫੈਮਿਲੀ ਤੋਂ ਦੂਰ ਹੋ ਕੇ ਵੀ ਕੰਮ ਕਰਦੇ ਪਏ ਆ। ਅਤੇ ਇਹੋ ਹੀ ਮੈਂ ਸੁਨੇਹਾ ਦੇਵਾਂਗਾ ਸਾਰਿਆਂ ਨੂੰ ਕਿ ਡਾਕਟਰਸ ਬਹੁਤ ਮਿਹਨਤ ਕਰ ਰਹੇ ਇਸ ਵੇਲੇ, ਔਰ ਜਿੰਨੀ ਡਾਊਨ ਟਰੋਡਨ ਫੈਮਿਲੀ ਜਾਂ ਜਿੰਨੇ ਕਿ ਪਿਛੜਾ ਵਰਗ ਹੈਗਾ ਜਾਂ ਜਿਹੜੇ ਕਿ ਆਪਣੇ ਇਲਾਜ ਦੀ ਸਹੂਲਤ ਨਹੀਂ ਪ੍ਰਾਪਤ ਕਰ ਸਕਦੇ, ਉਹਨਾਂ ਨੂੰ ਵਧੀਆ ਤੋਂ ਵਧੀਆ ਇਲਾਜ ਦੇ ਸਕਣ। ਡਾਕਟਰਸ ਦਾ ਮੰਤਵ ਹੋਣਾ ਚਾਹੀਦਾ, ਕੇਅਰ ਕਰਨੀ, ਕਿਓਰ ਕਰਨੀ, ਉਹਨੂੰ ਕੰਪੈਸ਼ਨੇਸ਼ਨ ਦੇਣੀ ਅਤੇ ਉਹਨੂੰ ਕੰਸੋਲ ਵੀ ਕਰਨਾ। ਵਿਸ਼ਵ ਡਾਕਟਰ ਦਿਵਸ, ਅੱਜ ਪੂਰੇ ਸੰਸਾਰ ਵਿੱਚ ਵਿਸ਼ਵ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ 1 ਜੁਲਾਈ 1991 ਨੂੰ ਪਹਿਲੀ ਵਾਰ ਡਾਕਟਰ ਦਿਵਸ ਮਨਾਇਆ ਗਿਆ। ਡਾਕਟਰ ਬੀ ਸੀ ਰਾਓ ਅਤੇ ਹੋਰ ਡਾਕਟਰਾਂ ਨੂੰ ਸਨਮਾਨ ਦੇਣ ਦੇ ਉਦੇਸ਼ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਹੈ। ਇਸੇ ਦੇ ਤਹਿਤ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਵੀ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਪਹੁੰਚੇ। ਇਸ ਮੌਕੇ ਉਹਨਾਂ ਡਾਕਟਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਅੰਮ੍ਰਿਤਸਰ ਤੋਂ ਵਿਜੇ ਕੁਮਾਰ, ਫਾਸਟਵੇ ਨਿਊਜ਼। ਅੰਮ੍ਰਿਤਸਰ ਪੁਲਿਸ ਵੱਲੋਂ ਹਵਾਲਾ ਮਨੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਅਤੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਦੱਸਿਆ ਗਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 84,17,000 ਰੁਪਇਆ ਹਵਾਲਾ ਕਰੰਸੀ ਅਤੇ 10 ਵਹੀਕਲਸ ਪ੍ਰਾਪਤ ਕੀਤੇ ਗਏ ਹਨ। ਪਿਛਲੇ ਦਿਨੀ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ, ਇੱਕ ਬਾਅਦ 'ਚ 11 ਦੀ ਹੋਈ ਸੀ। 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ। ਉਸ 4 ਕਿਲੋ ਹੀਰੋਇਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕਜ ਦੇ ਜਾ ਕੇ ਜਿਹੜੇ ਉਹ ਡਰੱਗਸ ਦੇ ਮਨੀ ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟ੍ਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟਰੇਸ ਕੀਤਾ। ਉਸ ਨੂੰ ਟਰੇਸ ਕਰਦੇ ਹੋਏ ਅਸੀਂ ਖੇਤਾ ਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਟ ਚਲਾਉਂਦਾ ਸੀ, ਅਤੇ ਇੱਕ ਰਾਜ ਕੁਮਾਰ ਸੀਗਾ ਸ਼ਾਹਬਾਦ ਤੋਂ ਜਿਹੜੇ ਡਰੱਗਸ ਦੇ ਪੈਸੇ ਇੱਥੋਂ ਲੈ ਕੇ ਬਾਹਰ ਪਾਕਿਸਤਾਨ ਆ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ, ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ। ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ, ਅਤੇ ਇਸ ਹਵਾਲਾ ਡਰੱਗ ਮਨੀ ਦੇ ਤਹਿਤ ਇਸ ਰੈਕਟ ਨੂੰ ਅਸੀਂ ਉਹਦੇ ਦੌਰਾਨ 84,17,000 ਰੁਪਇਆ ਜਿਹੜਾ ਰਿਕਵਰ ਕੀਤਾ ਗਾ। 2 ਪਿਸਟਲਸ ਅਤੇ ਲਾਈਵ ਕਾਈਟਰੇਜ ਆਲਰੇਡੀ ਰਿਕਵਰ ਹੋਏ ਸੀ, ਇਹਦੇ 'ਚੋਂ ਇੱਕ ਕਾਊਂਟਿੰਗ ਮਸ਼ੀਨ ਆ ਅਤੇ 8 ਵਹੀਕਲਸ ਉਹ ਵੀ ਰਿਕਵਰ ਹੋਏ ਨੇ। ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਨੂੰ ਅਸੀਂ ਫੋਲੋ ਕਰਦੇ ਹੋਏ ਇਹ 2 ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੈਸਟ ਪਾਉਣ 'ਚ ਕਮਿਸ਼ਨਰੇਟ ਪੁਲਿਸ ਜਿਨ੍ਹਾਂ ਨੇ ਸ਼੍ਰੀ ਦਰਪਨ ਆਹਲੂਵਾਲੀਆ ADCP City 1 ਅਤੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟਰੇਸ ਕਰਨ 'ਚ ਕਾਮਯਾਬ ਕੀਤਾ ਅਤੇ ਅਰੈਸਟ ਕੀਤਾ। BJP ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੇ ਵੈਸਟ ਬੰਗਾਲ ਦੇ ਹਾਲਾਤਾਂ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ। ਬੰਗਾਲ ਮੇ ਐਸੀ ਘਟਨਾਏ ਲਗਾਤਾਰ ਸਾਹਮਣੇ ਆ ਰਹੀ ਹੈ। ਯੇ ਬੰਗਾਲ ਮੇ ਮਮਤਾ ਬੈਨਰਜੀ ਕਾ ਜੰਗਲ ਰਾਜ ਕਾ ਚਿਹਰਾ ਹੈ। ਬਹੁਤ ਦੁਖਦ ਘਟਨਾ, ਪਰ ਮਮਤਾ ਬੈਨਰਜੀ ਔਰ ਉਸਕੇ ਸਹਿਯੋਗੀ ਲੜ ਸਕਤੀ ਹੂੰ ਲੜਕੀ ਹੂੰ ਲੜ ਸਕਤੀ ਹੂੰ ਵਾਲੀ ਪਾਰਟੀ ਨੇਤਾਓ ਨੇ ਚੁੱਪੀ ਕਿਉਂ ਸਾਧ ਰੱਖੀ ਹੈ? ਯੇ ਕਿਸੀ ਯੇ ਸ਼ਾਸਨ ਵਿਵਸਥਾ ਹੈ ਹੀ ਨਹੀਂ, ਯੇ ਇੱਕ ਤਾਲਿਬਾਨ ਵਿਵਸਥਾ ਹੈ ਜੋ ਅੱਜ ਬੰਗਾਲ ਮੇ ਚੱਲ ਰਹੀ ਹੈ, ਜਹਾਂ ਬੇਟੀਓ ਕੋ ਕੇਵਲ ਦਾਸਤਾ ਕੀ ਤਰ੍ਹਾਂ ਕਿ ਦਾਸ ਕੀ ਤਰ੍ਹਾਂ ਦੇਖਾ ਜਾ ਰਿਹਾ, ਬੰਧੂਆਂ ਮਜ਼ਦੂਰ ਕੀ ਤਰ੍ਹਾਂ ਦੇਖਾ ਜਾ ਰਿਹਾ। ਪੂਰਾ ਬੰਗਾਲ ਮੇ ਸੰਦੇਸ਼ ਕਲੀ ਕੀ ਤਰ੍ਹਾਂ ਕੀ ਘਟਨਾਏ ਹੋ ਰਹੀ ਹੈ, ਔਰ ਯੇ ਤਾਲਿਬਾਨ ਕੀ ਤਰ੍ਹਾਂ ਬੰਗਾਲ ਕੀ ਬੇਟੀਓ ਕੋ ਦਾਸ ਵ ਬੰਧੂਆਂ ਮਜ਼ਦੂਰ ਕੀ ਤਰ੍ਹਾਂ ਦੇਖਾ ਜਾ ਰਿਹਾ ਹੈ, ਉਨ ਪਰ ਅਤਿਆਚਾਰ ਕਰੀਏ ਜਾ ਰਹੇ। ਯੇ ਘਟਨਾਏ ਦੁਰਭਾਗਯਪੂਰਨ ਵੀ ਹੈ। ਇੱਕ ਤਰਫ ਮਹਿਲਾ ਅਧਿਕਾਰੋਂ ਕੇ ਲੀਏ ਪ੍ਰਧਾਨ ਮੰਤਰੀ ਮੋਦੀ ਜੀ ਉਨਕੋ ਲਗਾਤਾਰ ਅਧਿਕਾਰ ਦੇ ਰਹੇ, ਔਰ ਦੂਸਰੀ ਤਰਫ
बंगाल के अंदर अभी भी तालिबानी सोच और तालिबानी व्यवहार सरकार का देखा जा रहा है। इसकी जांच होनी चाहिए, दोषियों पर कठोर से कठोर कार्रवाई होनी चाहिए। CIA स्टाफ तरनतारन वालों एक व्यक्ति नु काबू करके उस पासों 1 किलो हीरोइन अते 35,000 रुपए दी ड्रग मनी बरामद की थी। इस संबंधी जानकारी SSP तरनतारन अश्विनी कपूर वालों दी गई। ਇਹਦੇ 'ਚ ਅਗੇਨ ਜੀ ਇਹ CIA ਕੋਲ ਇਨਫੋਰਮੇਸ਼ਨ ਸੀਗੀ, ਕੁਛ ਬੰਦਿਆਂ ਦੇ ਵੀ ਨਰਕੋਟਿਕਸ ਐਂਡੀ 'ਚ ਡੀਲ ਕਰਦੇ ਆ ਅਤੇ ਉਹਦੇ 'ਚ ਜਿਹੜਾ ਇੱਥੋਂ ਦਾ ਸਬ ਇੰਸਪੈਕਟਰ ਸੀਗਾ CIA ਦਾ ਉਹ SA ਸੁਖਦੇਵ ਸਿੰਘ, ਉਹ ਉੱਥੇ ਉਹਨੇ ਲਗਾਇਆ ਹੋਇਆ ਸੀਗਾ ਅਤੇ ਬੜਾ ਸ਼ੇਰ ਸਿੰਘ ਜਿਹੜਾ ਪਿੰਡ ਪੈਂਦਾ ਪੱਟੀ ਦੇ ਵਿੱਚ, ਉੱਥੇ ਉਹਨੇ ਇੱਕ ਬੰਦੇ ਨੂੰ ਸ਼ੱਕ ਦੇ ਬਿਨਾਂ 'ਤੇ ਰੋਕਿਆ ਸੀਗਾ, ਜਿਹਦਾ ਨਾਂ ਪਤਾ ਪੁੱਛਿਆ ਉਹਨੇ ਤਾਂ ਮਹਾਂਵੀਰ ਦੱਸਿਆ ਸੀ, ਔਰ ਇਹਨੂੰ ਜਿਹੜਾ ਉਹਨੇ ਆਪਸ਼ਨ ਦਿੱਤੀ ਸੀ ਫਿਰ ਉਹ DSP ਪੱਟੀ ਨੂੰ ਮੌਕੇ 'ਤੇ ਬੁਲਾ ਕੇ ਇਹਨਾਂ ਨੇ ਜਿਹੜੀ ਉਹਦੀ ਤਲਾਸ਼ੀ ਲਈ ਸੀ, ਤਲਾਸ਼ੀ 'ਚ ਇਹਦੇ ਤੋਂ 1 ਕਿਲੋ ਹੀਰੋਇਨ ਮਿਲੀ ਸੀ ਔਰ ਉਹਦਾ ਐਂਡੀ 'ਚ ਇਹਦਾ ਪਰਚਾ ਦੇ ਕੇ ਅੱਗੇ 35,000 ਰੁਪਈਆ ਇਹਦੇ ਕੋਲੋਂ ਡਰੱਗ ਮਨੀ ਬਰਾਮਦ ਹੋਈ ਸੀ ਔਰ ਅੱਗੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਬੈਕਵਰਡ ਫਾਰਵਰਡ ਵੀ ਕਿੱਥੇ ਵੇਣੀ ਸੀ, ਕਿੱਥੋਂ ਲੈ ਕੇ ਆਇਆ, ਉਹ ਸਾਰਾ ਅਸੀਂ ਇਨਵੈਸਟੀਗੇਟ ਕਰਦੇ ਹਾਂ। ਥਾਣਾ ਸਿਵਲ ਲਾਈਨ ਦੇ ਏਰੀਆ ਵਿੱਚ 26 ਜੂਨ ਨੂੰ ਹੋਈ ਡਕੈਤੀ ਦੀ ਗੁੱਥੀ ਸਲਝਾਉਂਦਿਆਂ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 41 ਲੱਖ ਰੁਪਏ, 800 ਗ੍ਰਾਮ ਸੋਨਾ ਅਤੇ 1 ਕਾਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸ ਸੰਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। 26 ਜੂਨ ਨੂੰ ਥਾਣਾ ਸਿਵਲ ਲਾਈਨ ਦੇ ਏਰੀਏ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਜੀਆ ਲਾਲ ਬਹਿਲ ਜੀ ਦੇ ਘਰ ਇੱਕ ਡਕੈਤੀ ਹੋਈ ਸੀ। ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ। ਅਰਲੀ ਮਾਰਨਿੰਗ ਹੋਈ ਸੀ, ਬੜੀ ਸੈਂਸੇਸ਼ਨਲ ਬਣੀ ਸੀ। ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ ਸ਼੍ਰੀ ਅਭਿਮਨਿਊ ਰਾਣਾ ਜੀ ਦੀ ਅਗਵਾਈ ਹੇਠ SHO ਅਮੋਲਕ, ਅਮਨਦੀਪ ਅਤੇ ਬਿੰਦਰਜੀਤ ਇੰਸਪੈਕਟਰ ਸਾਹਿਬਾਨ ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟਰੇਸ ਕੀਤਾ ਅਤੇ ਜਿਹੜੇ ਉਹਦੇ ਲਗਭਗ 2 ਮੁਲਜ਼ਮਾਂ ਤੋਂ ਬਿਨਾਂ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਅਤੇ ਉਹਨਾਂ ਤੋਂ ਕਰੀਬ 41 ਲੱਖ ਰੁਪਇਆ, 800 ਗ੍ਰਾਮ ਸੋਨਾ, 1 ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਏਮਸ, ਅਤੇ 1 ਮੋਟਰਸਾਈਕਲ ਇਹ ਰਿਕਵਰ ਕਰ ਲਿਆ। ਇਹਨਾਂ 'ਚੋਂ ਕੁਛ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ, ਕੁਛ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ, ਕੁਛ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ 'ਚ ਲੋਜਿਸਟਿਕਸ ਕਰਨ ਦੇ ਸੀਗੇ ਉਹ ਕੁਛ ਇੱਥੋਂ ਗ੍ਰਿਫਤਾਰ ਕੀਤੇ ਨੇ। ਕੁੱਲ 7 ਬੰਦੇ ਗ੍ਰਿਫਤਾਰ ਕਰਕੇ 41,40,000 ਰੁਪਇਆ ਰਿਕਵਰ ਕਰਕੇ 936 ਗ੍ਰਾਮ ਜਿਊਲਰੀ ਜਿਹਦੇ 'ਚੋਂ 800 ਗ੍ਰਾਮ ਗੋਲਡ ਆ, ਕਾਰ ਅਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਅਤੇ ਸਾਇੰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦ ਇਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟਰੇਸ ਕਰਨ ਕਾਮਯਾਬੀ। ਅੰਮ੍ਰਿਤਸਰ ਨਗਰ ਨਿਗਮ ਵੱਲੋਂ ਨਾਜਾਇਜ਼ ਕਬਜ਼ਿਆਂ ਦੇ ਖਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਇਸੇ ਤਹਿਤ ਹੀ ਕਬੀਰ ਪਾਰਕ ਨੇੜੇ UT ਮਾਰਕੀਟ ਦੇ ਬਾਹਰ ਨਾਜਾਇਜ਼ ਲੱਗੀਆਂ ਰੇਹੜੀਆਂ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਹਟਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਗਰ ਨਿਗਮ ਦੇ ਅਧਿਕਾਰੀ ਧਰਮਿੰਦਰ ਸਿੰਘ ਨੇ ਆਖਿਆ ਕਿ ਜੋ ਰੇਹੜੀਆਂ ਇੱਥੋਂ ਹਟਾਈਆਂ ਗਈਆਂ ਹਨ ਉਹਨਾਂ ਨੂੰ ਕੋਈ ਢੁੱਕਵੀਂ ਜਗ੍ਹਾ ਦਿੱਤੀ ਜਾਵੇਗੀ ਤਾਂ ਜੋ ਆਪਣਾ ਕਾਰੋਬਾਰ ਕਰ ਸਕਣ। ਨਾਲ ਹੀ ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਨਾ ਕਰਨ, ਫੁੱਟਪਾਥਾਂ 'ਤੇ ਆਪਣਾ ਸਮਾਨ ਨਾ ਰੱਖਣ। ਜੋ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਕਮਿਸ਼ਨ ਵੱਲੋਂ ਸਾਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਜਗ੍ਹਾ 'ਤੇ ਕੋਈ ਨਜਾਇਜ਼ ਇਨਕੋਚਮੈਂਟ ਨਹੀਂ ਹੋ ਰਹੀ। ਇਸੇ ਲੜੀ ਤਹਿਤ ਸਾਡੇ ਵੱਲੋਂ ਪਹਿਲਾਂ ਹੈਰੀਟੇਜ ਸਟਰੀਟ ਵਿੱਚ ਪਿਛਲੇ ਹਫ਼ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਤੋਂ ਅਸੀਂ ਇਹ ਕਾਰਵਾਈ ਆਪਣੀ ਪੁਤਲੀਘਰ ਸਾਈਡ ਸ਼ੁਰੂ ਕੀਤੀ ਆ।
ਪੁਤਲੀਘਰ ਸਾਈਡ ਤੋਂ ਸਾਨੂੰ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਕਬੀਰ ਪਾਰਕ 'ਚੋਂ ਆ ਰਹੀਆਂ ਸੀ। ਕਬੀਰ ਪਾਰਕ ਵਿੱਚ ਡਿਊਟੀ ਮਾਰਕ ਜਿਹੜੀ ਸੀ ਉੱਥੇ ਜਿਹੜੇ ਰੇਹੜੀਆਂ ਵਾਲੇ ਸੀ ਇਹਨਾਂ ਨੇ ਡਬਲ ਡਬਲ ਲਾਈਨਾਂ ਲਗਾ ਲਈਆਂ ਸੀ। ਸ਼ਾਮ ਨੂੰ ਉੱਥੇ ਸ਼ਰਾਬ ਵੀ ਸ਼ੁਰੂ ਹੋ ਗਈ ਸੀ, ਇੱਕ ਦੂਜੇ ਨਾਲ ਲੜਾਈਆਂ ਹੁੰਦੀਆਂ ਸੀ, ਕਾਫੀ ਜ਼ਿਆਦਾ ਪੁਲਿਸ ਕੋਲ ਕੇਸ ਹੋ ਚੁੱਕੇ ਸੀ। ਇਸੇ ਲੜੀ ਤਹਿਤ ਸਾਨੂੰ ਮਾਰਕੀਟ ਵਾਲਿਆਂ ਲਿਖ ਕੇ ਦਿੱਤਾ ਕਿ ਇੱਥੇ ਸਾਨੂੰ ਲੜਾਈਆਂ ਝਗੜਿਆਂ ਨੂੰ ਖਤਮ ਕੀਤਾ ਜਾਵੇ। ਜਿਹੜੇ ਉੱਥੋਂ ਦੇ ਮੋਹਤਬਰ ਸੀ ਉਹਨਾਂ ਵੱਲ ਵੀ ਸਾਨੂੰ ਲਗਾਤਾਰ ਸਾਡੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਕਿ ਇਹ ਰੇਹੜੀਆਂ ਤੋਂ ਹਟਾਈਆਂ ਜਾਣ। ਅੱਜ ਨਗਰ ਨਿਗਮ ਵੱਲੋਂ ਕਾਰਵਾਈ ਕਰਦੇ ਹੋਏ ਜਿੰਨੀ ਵੀ ਉੱਥੇ ਰੇਹੜੀਆਂ ਲੱਗੀਆਂ ਸੀ ਉਹਨਾਂ ਨੂੰ ਉੱਥੋਂ ਰਿਮੂਵ ਕਰ ਦਿੱਤਾ ਗਿਆ ਆ, ਮਾਰਕੀਟ ਵਾਲਿਆਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ। ਪਰ ਜਿੰਨੀਆਂ ਵੀ ਇੱਥੋਂ ਰੇਹੜੀਆਂ ਰਿਮੂਵ ਕੀਤੀਆਂ ਨੇ ਨਗਰ ਨਿਗਮ ਕਮਿਸ਼ਨਰ ਸਾਹਿਬ ਵੱਲੋਂ ਕਿਹਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕਰੋ, ਇਹਨਾਂ ਵਾਸਤੇ ਅਸੀਂ ਜਗ੍ਹਾ ਲੱਭ ਰਹੇ ਹਾਂ ਇਹਨਾਂ ਰੇਹੜੀਆਂ ਵਾਲਿਆਂ ਦੀ ਇੱਕ ਨਵੀਂ ਮਾਰਕੀਟ ਲਗਾਉਣ ਵਾਸਤੇ, ਜਿੱਥੇ ਇਹਨਾਂ ਦਾ ਰੁਜ਼ਗਾਰ ਵੀ ਬੰਦ ਨਾ ਹੋਵੇ ਔਰ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ, ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਇਹਨਾਂ ਦਾ ਹੱਲ ਕਰ ਦਿੱਤਾ ਜਾਵੇਗਾ। ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਪੈਸੇ ਲੈ ਕੇ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਰੇਹੜੀਆਂ ਨਾ ਲਗਾਉਣ। ਜੇਕਰ ਕੋਈ ਧੱਕੇ ਦੇ ਨਾਲ ਉਹਨਾਂ ਦੀਆਂ ਦੁਕਾਨਾਂ ਅੱਗੇ ਰੇਹੜੀਆਂ ਲਗਾਉਂਦਾ ਹੈ ਜਾਂ ਕੋਈ ਕਰਦਾ, ਉਹਦੀ ਸਾਨੂੰ ਜ਼ਰੂਰ ਇਨਫੋਰਮ ਕਰਨ, ਅਸੀਂ ਉਹਨੂੰ ਰਿਮੂਵ ਕਰਾਂਗੇ। ਕਿਉਂਕਿ ਜਿਹੜੀ ਇਹ ਫੁੱਟਪਾਥ ਨੇ ਜਾਂ ਹੋਰ ਰੋਡਸ ਹੈਗੀਆਂ ਇਹ ਲੋਕਾਂ ਦੇ ਜਾਣ ਆਉਣ ਵਾਸਤੇ ਹੈਗੀਆਂ, ਨਾ ਕਿ ਇੱਥੇ ਨਜਾਇਜ਼ ਇਨਕਰੋਚਮੈਂਟਾਂ ਵਾਸਤੇ ਹੈਗੀਆਂ। ਸਾਡੀ ਇਹੀ ਅਪੀਲ ਹੈ ਕਿ ਦੁਕਾਨਦਾਰ ਸਾਡਾ ਸਾਥ ਦੇਣ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਹਾਂ, ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਜਿਹੜੇ ਆ ਰੇਹੜੀ ਕੋਈ ਚੱਲ ਫਿਰ ਕੇ ਆਪਣੀ ਰੇਹੜੀ ਵੇਚਦਾ, ਚੱਲ ਫਿਰ ਕੇ ਜਿੱਥੇ ਮਰਜ਼ੀ ਵੇਚੇ, ਸਾਰੇ ਸ਼ਹਿਰ 'ਚ ਵੇਚੇ, ਰੇਹੜੀਆਂ ਸਿਰਫ ਚੱਲਣ ਫਿਰਨ ਵਾਸਤੇ ਹੈਗੀਆਂ, ਨਾ ਕਿ ਇੱਕ ਜਗ੍ਹਾ ਦੇ ਉੱਤੇ ਪੱਕੀ ਇਨਕਰੋਚਮੈਂਟ ਕਰਨ ਵਾਸਤੇ ਹੈਗੀਆਂ। ਸਾਡੀ ਇਹੀ ਅਪੀਲ ਹੈ ਕਿ ਇਹਨਾਂ ਨੂੰ ਇੱਕ ਜਗ੍ਹਾ 'ਤੇ ਖੜ੍ਹੇ ਨਾ ਹੋਣ ਦਿਓ, ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਚੱਲ ਫਿਰ ਕੇ ਆਪਣਾ ਰੋਜ਼ੀ ਰੋਟੀ ਕਰੋ, ਆਪਣੀ ਕਮਾਈ ਕਰੋ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੋ, ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ। ਅੰਮ੍ਰਿਤਸਰ ਨਗਰ ਨਿਗਮ ਵੱਲੋਂ ਨਜਾਇਜ਼ ਕਬਜ਼ਿਆਂ ਦੇ ਖਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਤਹਿਤ ਹੀ ਅੱਜ ਕਬੀਰ ਪਾਰਕ ਵਿੱਚ ਨਜਾਇਜ਼ ਰੇਹੜੀਆਂ ਲੱਗੀਆਂ ਹੋਈਆਂ ਸਨ ਜਾਂ ਜਿਹੜੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਉਹਨਾਂ ਕਬਜ਼ਿਆਂ ਨੂੰ ਅੱਜ ਨਗਰ ਨਿਗਮ ਦੀ ਟੀਮ ਵੱਲੋਂ ਹਟਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਅਧਿਕਾਰੀ ਧਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ, ਨਹੀਂ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ ਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਗਰਮੀਆਂ ਵਿੱਚ ਬਰਸਾਤ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ 1 ਜੁਲਾਈ ਤੋਂ 31 ਅਗਸਤ 2024 ਤੱਕ ਇੱਕ ਵਿਸ਼ੇਸ਼ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਆਗਾਜ਼ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾਂ ਰੋਕਣਾ ਹੈ ਅਤੇ ਆਮ ਲੋਕਾਂ ਨੂੰ ਦਸਤ ਰੋਗ ਦੇ ਕਾਰਨ ਇਲਾਜ, ਸਾਵਧਾਨੀਆਂ ਅਤੇ ਵਿਸ਼ੇਸ਼ ਤੌਰ 'ਤੇ ਹੈਂਡ ਵਾਸ਼ਿੰਗ ਤਕਨੀਕ ਬਾਰੇ ਸੁਚੇਤ ਕਰਨਾ ਹੈ। ਇਸ ਮੌਕੇ ਸਿਵਲ ਸਰਜਨ ਡਾਕਟਰ ਸੁਮਿਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਧਵਨ, ਸਹਾਇਕ ਸਿਵਲ ਸਰਜਨ ਡਾਕਟਰ ਰਾਜਿੰਦਰ ਪਾਲ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ ਸਮੇਤ ਸਮੂਹ ਸਟਾਫ ਹਾਜ਼ਰ ਸੀ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਥੋਂ ਡਾਇਰੀਆ ਵੀਕ ਵੀ ਜਿਹੜਾ ਬਣਾਇਆ ਜਾ ਰਿਹਾ, ਉੱਥੇ ਵੀ ਅਸੀਂ ਮੈਂ ਵਿਜ਼ਿਟ ਕਰਕੇ ਆਇਆ ਅਤੇ ਓਆਰਐਸ ਦੇ ਪੈਕਟਸ ਐਂਡ ਜ਼ਿੰਕ ਦੇ ਟੈਬਲੇਟਸ ਅਸੀਂ ਜਿਹੜੇ ਹੈਗੇ 2 to 5 ਈਅਰਸ ਏਜ ਬ੍ਰੈਕਟ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਉਸਦਾ ਵੀ ਅੱਜ ਆਗਾਜ਼ ਕੀਤਾ ਗਿਆ। ਦਸਤ ਰੋਕੋ ਅਭਿਆਨ ਜਿਹੜਾ ਹੈਗਾ ਇੱਕ 15 ਵੜਾ ਹੈ ਜਿਹਦੇ 'ਚ ਅਸੀਂ ਅੱਜ ਤੋਂ ਸ਼ੁਰੂ ਕਰਨਾ ਹੈ, ਔਰ ਸਰਕਾਰ ਵੱਲੋਂ ਇਹਦੇ ਵਿੱਚ ਹਿਦਾਇਤਾਂ ਨੇ ਕਿ ਕੋਈ ਵੀ ਬੱਚਾ ਡੀਹਾਈਡਰੇਸ਼ਨ ਕਰਕੇ ਜਾਂ ਪਾਣੀ ਦੀ ਕਮੀ ਕਰਕੇ ਕੋਈ ਬਿਮਾਰੀ ਕੋਈ ਮੁਸ਼ਕਲ 'ਚ ਨਾ ਆ ਸਕੇ ਅਤੇ ਜਾਨ ਨੂੰ ਕੋਈ ਖਤਰਾ ਨਾ ਬਣ ਸਕੇ। ਕਿਉਂਕਿ ਇੱਕ ਦਸਤ ਨੂੰ ਰੋਕਣਾ ਤਾਂ ਨਹੀਂ ਹੁੰਦਾ, ਆਪਾਂ ਦਸਤ ਨੂੰ ਕੰਟਰੋਲ ਕਰਨਾ ਹੁੰਦਾ ਹੈਗਾ ਕਿ ਉਹਦੇ ਕਰਕੇ ਕੋਈ ਪਾਣੀ ਦੀ ਕਮੀ ਨਾ ਹੋ ਸਕੇ। ਉਹਦੇ ਵਾਸਤੇ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ, ਜ਼ਿੰਕ ਅਤੇ ਓਆਰਐਸ ਦੇ ਪੈਕਟ ਦਿੱਤੇ ਜਾਂਦੇ ਨੇ, ਜਿਹੜੇ ਕਿ ਸਾਡਾ 2,97,000 ਦਾ ਟਾਰਗੇਟ ਤਾਂ ਹੈ ਹੀ ਹੈ। ਉਹਦੇ ਕਰਕੇ ਆਪਾਂ ਸਾਡੀ ਆਸ਼ਾ ਵਰਕਰਸ ਜਿਹੜੀਆਂ ਹੈਗੀਆਂ ਉਹ
ਫਿਰ ਘਰਾਂ ਘਰੋਂ ਜਾ ਕੇ ਵੀ ਇਹਦੇ ਬਾਰੇ ਦੱਸਦੇ ਨੇ, ਪਰ ਜਿੱਥੋਂ ਹਸਪਤਾਲ 'ਚ ਮਰੀਜ਼ ਪਹੁੰਚਦਾ ਉਹਨੂੰ ਇੱਕ ORS ਕੋਰਨਰ ਬਣਾ ਕੇ ਉਹਦੇ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਦਸਤ ਰੋਕਣ ਵੇਲੇ ਬੱਚੇ ਵਾਸਤੇ ਕੀ ਆਪਾਂ ਸਾਵਧਾਨੀਆਂ ਵਰਤ ਸਕਦੇ ਹਾਂ ਕਿ ਉਹਨੂੰ ਕੋਈ ਦਿੱਕਤ ਹੋ ਸਕੇ। ਇਹਦੇ ਲੱਛਣਾਂ ਬਾਰੇ ਦੱਸਿਆ ਜਾਂਦਾ ਹੈ, ਇਹਦੇ ਬਿਮਾਰੀ ਤੋਂ ਬਚਾਅ ਬਾਰੇ ਦੱਸਿਆ ਜਾਂਦਾ ਹੈ, ਪਰ ਸਮਝਾਇਆ ਜਾਂਦਾ ਹੈ ਕਿ ਦਸਤ ਹੋ ਕਿਉਂ ਸਕਦੇ ਨੇ, ਕਿਉਂਕਿ ਇਹ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਣੀ ਦੀ ਕਮੀ, ਪਾਣੀ ਦੇ ਸੇਵਨ ਜ਼ਿਆਦਾ ਹੁੰਦਾ ਹੈ, ਉਹ 'ਚ ਕਈ ਪਾਣੀ ਦੇ ਵਿੱਚ ਕੋਈ ਨਾ ਕੋਈ ਮਿਲਾਵਟ ਹੋ ਜਾਵੇ ਜਾਂ ਕੋਈ ਨਾ ਕੋਈ ਕੰਟੈਮੀਨੇਸ਼ਨ ਹੋ ਜਾਵੇ, ਉਹਦੇ ਕਰਕੇ ਇਹ ਬਹੁਤ ਜਲਦੀ ਹੋ ਜਾਂਦਾ। ਔਰ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਇਹਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ, 5 ਸਾਲ ਦੇ ਬੱਚਿਆਂ ਤੱਕ ਦਾ ਤਾਂ ਬਹੁਤ ਇਸ ਗੱਲ 'ਚ ਧਿਆਨ ਰੱਖਣਾ ਹੁੰਦਾ ਹੈ। ਉਹਨਾਂ ਨੂੰ ਜੇ ਅਗਰ ਇਹੋ ਜਿਹਾ ਕੁਛ ਹੋ ਗਿਆ ਤਾਂ ਉਹਨੂੰ ਤੁਰੰਤ ਆਪਾਂ ਕਿਸੇ ਡਾਕਟਰ ਦੇ ਕੋਲ ਲੈ ਕੇ ਜਾਈਏ, ਉਹ ਤਾਂ ਕਿ ਚੈੱਕ ਕਰ ਸਕੇ ਕਿ ਕਿਸ ਤਰ੍ਹਾਂ ਦੀ ਇਹਨੂੰ ਬਿਮਾਰੀ ਔਰ ਇਹਦੀ ਡੀਹਾਈਡਰੇਸ਼ਨ ਕਿਸ ਤਰ੍ਹਾਂ ਦੀ ਹੈ। ਅਗਰ ਥੋੜ੍ਹੀ ਡੀਹਾਈਡਰੇਸ਼ਨ, ਮਾਈਲਡ ਡੀਹਾਈਡਰੇਸ਼ਨ ਹੈ ਤਾਂ ਉਹਨੂੰ ਆਪਾਂ ਦਵਾਈਆਂ ਦੇ ਨਾਲ ਓਆਰਐਸ ਨਾਲ ਕੰਟਰੋਲ ਕਰ ਸਕਦੇ, ਮੋਡਰੇਟ ਵੀ ਆਪਾਂ ਕਈ ਵਾਰੀ ਕਰ ਸਕਦੇ ਉਹਨੂੰ ਟ੍ਰੀਟ। ਪਰ ਜੇ ਇਸ ਤੋਂ ਵੱਧ ਕੇ ਕਿ ਬੱਚਾ ਜ਼ਿਆਦਾ ਚੜੀਤਾ ਹੋ ਜਾਵੇ, ਚਮੜੀ ਉਹਦੀ ਬਿਲਕੁਲ ਖੁਸ਼ਕ ਹੋ ਜਾਵੇ, ਰੋਂਦਾ ਵੀ ਹੋਏ ਤਾਂ ਅੱਖਾਂ 'ਚੋਂ ਪਾਣੀ ਨਹੀਂ ਆ ਰਿਹਾ, ਜਾਂ ਬਹੁਤ ਔਖਾ ਹੋ ਕੇ ਸਾਹ ਲੈ ਰਿਹਾ ਹੈ, ਜਾਂ ਲੱਛਣ ਹੋ ਜਾਂਦੇ ਨੇ ਕਿ ਉਹਨੂੰ ਸਵੀਅਰ ਡੀਹਾਈਡਰੇਸ਼ਨ, ਮਤਲਬ ਡੀਹਾਈਡਰੇਸ਼ਨ ਦੀ ਇੱਕ ਕਿਸਮ ਹੋ ਜਾਂਦੀ ਜਿਹਦੇ 'ਚ ਕਿ ਇਸ ਤੋਂ ਬਾਅਦ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਉਸ ਹਾਲਾਤ ਵਿੱਚ ਉਹਨੂੰ ਹਰ ਹਾਲਤ ਵਿੱਚ ਹਸਪਤਾਲ ਵਿੱਚ ਹੀ ਲਿਜਾਣਾ ਪੈਂਦਾ ਹੈ, ਔਰ ਕਿਸੇ ਚੰਗੇ ਵਧੀਆ ਹਸਪਤਾਲ ਦੇ ਵਿੱਚ ਲਿਜਾ ਕੇ ਜਾਂ ਸਰਕਾਰੀ ਸਹੂਲਤ ਲੈਣੀ ਚਾਹੀਦੀ ਹੈ, ਤਾਂ ਕਿ ਉਹਨੂੰ ਜਾਨ ਤੋਂ, ਜ਼ਿੰਦਗੀ ਜਾਨ ਤੋਂ ਬਚਾਇਆ ਜਾ ਸਕੇ, ਫਿਰ ਤੋਂ ਤੰਦਰੁਸਤ ਨਿਰੋਇਆ ਕੀਤਾ ਜਾ ਸਕੇ। ਸਰਕਾਰੀ ਹਸਪਤਾਲਾਂ 'ਚ ਇਸ ਗੱਲ ਬਾਰੇ ਸਾਰੀ ਸਹੂਲਤ ਫ੍ਰੀ ਹੈ, ਔਰ ਲੋਕਾਂ ਨੂੰ ਚਾਹੀਦਾ ਹੈ ਸਰਕਾਰ ਦੀਆਂ ਇਹ ਦਿੱਤੀਆਂ ਹੋਈਆਂ ਕਿ ਸਹੂਲਤਾਂ ਦਾ ਫਾਇਦਾ ਉਠਾਉਣ, ਔਰ ਵੱਧ ਤੋਂ ਵੱਧ ਇਹਦੇ 'ਚ ਸਾਡਾ ਸਹਿਯੋਗ ਕਰਨ, ਤਾਂ ਕਿ ਬੱਚਿਆਂ ਦੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਡਾਇਰੀਆ ਨਾਂ ਦੀ ਬਿਮਾਰੀ ਜੋ ਬੱਚਿਆਂ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਹੈ, ਇਹ ਬਿਮਾਰੀ ਜ਼ਿਆਦਾਤਰ ਪਾਣੀ ਦੀ ਕਮੀ ਕਾਰਨ ਹੁੰਦੀ ਹੈ। ਇਸ ਬਿਮਾਰੀ ਤੋਂ ਬਚਾਵ ਦੇ ਲਈ ਸਿਵਲ ਹਸਪਤਾਲ ਵਿਖੇ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਆਪ ਕੀਤੀ ਗਈ। ਸੋ ਜੇਕਰ ਤੁਹਾਡੇ ਬੱਚੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਲੱਛਣ ਦਿਖਦੇ ਨੇ ਤਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰੋ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ, ਫਾਸਟਵੇ ਨਿਊਜ਼, ਅੰਮ੍ਰਿਤਸਰ। ਥਾਣਾ ਵੇਰਕਾ ਵੱਲੋਂ ਗਨ ਪੁਆਇੰਟ ਤੇ ਲੁੱਟਾਂ ਖੋਹਾਂ ਕਰਨ ਵਾਲੇ 4 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਪਿਸਟਲ, ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ACP ਗੁਰਬਿੰਦਰ ਸਿੰਘ ਵੱਲੋਂ ਦਿੱਤੀ ਗਈ। ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਇੱਥੇ ਵੇਰਕੇ ਥਾਣੇ ਦੇ ਏਰੀਏ ਦੇ ਵਿੱਚ ਇੱਕ ਵਾਰਦਾਤ ਹੋਈ ਸੀ, ਜਿਹਦੇ ਵਿੱਚ ਠੇਕੇਦਾਰ ਸੀਗੇ ਬਿੱਟੂ ਰਾਓ, ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ। ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ, ਉੱਥੇ 4 ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ 'ਤੇ ਆਉਂਦੇ ਆ। ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਅਤੇ ਜਿਹੜਾ ਉਹਨਾਂ ਦੇ 2 ਮੋਬਾਈਲ ਫੋਨ ਵੀ ਅਤੇ ਉਹਨਾਂ ਦਾ ਮੋਟਰਸਾਈਕਲ ਸਿਲੰਡਰ, ਇਹ ਖੋਹ ਕੇ ਲੈ ਜਾਂਦੇ ਆ ਪਿਸਟਲ ਦੀ ਨੋਕ 'ਤੇ। ਇਹਦੇ ਵਿੱਚ ਮਾਣਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ਼੍ਰੀ ਰਣਜੀਤ ਸਿੰਘ ਢਿੱਲੋਂ IPS, ਸਾਡੇ ADCP 3 ਸ਼੍ਰੀ ਨਵਜੋਤ ਸੰਧੂ ਸਰ, ਥਾਣੇ ਵੇਰਕੇ ਦੀ ਸਾਰੀ ਟੀਮ ਲੈਡ ਬਾਈ SHO ਇੰਸਪੈਕਟਰ ਅਮਨਜੋਤ ਕੌਰ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਬਹੁਤ ਸਾਇੰਟੀਫਿਕ ਤਰੀਕੇ ਦੇ ਨਾਲ ਇਹਨੂੰ ਟਰੇਸ ਕੀਤਾ। ਇਹਦੇ ਵਿੱਚ 2 ਦਿਨ ਕਾਫੀ ਮਿਹਨਤ ਵੀ ਕਰਨੀ ਪਈ, ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ। ਜਿਹੜੇ ਇਹਦੇ ਵਿੱਚ 4 ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ, ਜਿਹਦੇ ਵਿੱਚ 2 ਕਿ ਹੈਗੇ ਆ ਭੈਣੀ ਗਿੱਲਾਂ, ਪਿੰਡ ਥਾਣਾ ਕੰਬੋਦ ਏਰੀਏ ਦੇ, ਰਾਜਵਿੰਦਰ ਸਿੰਘ ਅਤੇ ਸਾਹਿਬ ਸਿੰਘ, ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ, ਅਤੇ 2 ਨੇ ਗੁਰਸਿੱਧਕ ਅਤੇ ਪਰਸ਼ੂਰਾਮ, ਇਹ ਹੈਗੇ ਨੇ ਮਜੀਠਾ ਰੋਡ ਏਰੀਏ ਤੇ ਰਹਿਣ ਵਾਲੇ। ਇਹਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ, 1 ਇਹਨਾਂ ਦੇ ਕੋਲੋਂ ਦੇਸੀ ਪਿਸਟਲ ਬਰਾਮਦ ਹੋਇਆ, 1 ਇਹਨਾਂ ਨੇ ਜਿਹੜਾ ਲਾਈਟਰ ਨੁਮਾ ਪਿਸਟਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ। ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਖੋਹਾਂ ਕੀਤੀਆਂ ਸੀ, ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋਂ ਖੋਹ ਕੀਤੀ ਸੀ, ਜਿਹਦਾ ਕਿ ਪਰਚਾ ਦਰਜ ਆ, ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ। 1 ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਵਾ, ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਖੋਇਆ ਉਹ ਤਾਂ ਚਲੋ ਅਸੀਂ ਹੁਣ ਬਰਾਮਦ ਕਰ ਹੀ ਲਿਆ।
ਅੰਮ੍ਰਿਤਸਰ ਦੇ ਰੀਗੋ ਬ੍ਰਿਜ ਦੇ ਨਾਲ ਲੱਗਦੀਆਂ ਝੁੱਗੀਆਂ 'ਚ ਰਹਿ ਰਹੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਅਤੇ ਪ੍ਰਸ਼ਾਸਨ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ, ਜਿਸ ਦੇ ਚੱਲਦਿਆਂ ਉੱਥੇ ਰਹਿ ਰਹੇ ਲੋਕਾਂ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪਿਛਲੇ 3 ਮਹੀਨਿਆਂ ਤੋਂ ਸੀਵਰੇਜ ਦਾ ਪਾਣੀ ਉਹਨਾਂ ਦੇ ਘਰ ਵਿੱਚ ਆ ਰਿਹਾ ਹੈ ਅਤੇ ਬਿਮਾਰੀਆਂ ਲੱਗਣ ਦਾ ਡਰ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਬਿਮਾਰੀਆਂ ਤੋਂ ਬਚਾਵ ਕਰ ਸਕਣ। ਇਹ ਮੁਸ਼ਕਲ ਸਾਨੂੰ ਹੋਰ ਕੋਈ ਸਾਰੀ ਜ਼ਿੰਦਗੀ ਦੇ ਸਾਡੀ ਇਹ ਬਸਤੀ ਕਿਸੇ ਨੇ ਨਹੀਂ ਚੁਣੀ, ਕਿਸੇ ਨੇ ਨਹੀਂ ਚੁਣੀ। ਇੱਦਾਂ ਹੀ ਹੈ, ਵੋਟਾਂ ਲੈਣ ਨੂੰ ਜ਼ਰੂਰ ਆਉਂਦੇ, ਹਰ ਪਾਰਟੀ ਦਾ ਕੋਈ ਮਸਲਾ ਹੱਲ ਨਹੀਂ ਹੈਗਾ। ਲੈ ਜਾਂਦੇ ਉਹ ਜਦੋਂ ਵੋਟਾਂ ਆਉਂਦੇ ਹੱਥ, ਉਹ ਜੋੜਦੇ ਹੈ, ਹੁਣ ਸਾਨੂੰ ਜੋੜਨੇ ਪੈਂਦੇ ਸਰਕਾਰਾਂ ਦੇ ਅੱਗੇ। ਮੁਸ਼ਕਲ ਇਹ ਹੈਗੀ, ਨਾ ਸਾਡੇ ਕੋਲ ਸਰਕਾਰੀ ਪਾਣੀ ਹੈਗਾ, ਨਾ ਕੋਈ ਸੁਵਿਧਾ ਹੈਗੀ। ਬੰਬੀਆਂ ਘਰਾਂ ਦੀਆਂ ਲਵਾਈਆਂ ਦੀਆਂ ਹੈਗੀਆਂ, ਏ ਸੀਵਰ ਸਾਰੇ ਬਲੋਕ 3 ਮਹੀਨੇ ਹੋ ਗਏ। ਦੇਖੋ ਕਿੱਦਾਂ ਘਰਾਂ ਦੇ ਅੰਦਰ ਪਾਣੀ, ਨਾ ਅਸੀਂ ਰੋਟੀ ਬਣਾਉਣ ਜੋਗੇ, ਨਾ ਪਾਣੀ ਪੀਣ ਜੋਗੇ, ਕੋਈ ਸੁਣਾਈ ਨਹੀਂ ਹੈਗੀ। ਬੱਚੇ ਸਾਡੇ ਨੰਗੇ ਫਿਰਦੇ ਹੈਗੇ, ਤੇ ਕੋਈ ਬਿਮਾਰ, ਕਿਸੇ ਨੂੰ ਕੁਛ ਹੋ ਜਾਂਦਾ, ਕਿਸੇ ਨੂੰ ਕੁਛ ਹੋ ਜਾਂਦਾ, ਬਿਮਾਰੀਆਂ ਫੈਲ ਗਈਆਂ। ਪਰੇਸ਼ਾਨੀ ਹੈਗੀ ਸੀਵਰਾਂ ਦੀ, ਤੇ ਸਾਨੂੰ ਪਾਣੀ ਪੀਣ ਨੂੰ ਵੀ ਮਿਲੇ, ਤੇ ਚੈਂਬਰ ਵੀ ਮਿਲਣ ਨਵੇਂ ਸਾਨੂੰ ਕਨੈਕਸ਼ਨ। ਸਾਡੀ ਸੁਣਾਈ ਕੋਈ ਵੀ ਨਹੀਂ ਕਰਦਾ ਪਿਆ, ਇਹ 3 ਮਹੀਨੇ ਹੋ ਗਏ। ਇਹ ਸਾਨੂੰ ਮਦਦ ਚਾਹੀਦੀ ਹੈਗੀ, ਸੀਵਰ ਸਾਫ਼ ਨਹੀਂ, ਸੀਵਰ ਬਣਨੇ ਵੀ ਚਾਹੀਦੇ ਨਵੇਂ। ਇਹ ਪੱਥਰਾਂ ਵਾਲੇ ਪੈਣ, ਇਹ ਪਲਾਸਟਿਕ ਦੇ ਪੈਪਾਂ ਪਈਆਂ ਹੈਗੀਆਂ। ਇਹ ਸਾਡਾ ਜਿਹੜਾ ਇਲਾਕਾ ਆਪਣੇ ਚੁੰਗੀ ਨੰਬਰ 2 ਰੇਲਵੇ ਗੋਦਾਮ ਜਿਹੜੇ ਆ ਉਹਦੇ ਵਿੱਚ ਇਹ ਸਾਡੇ ਝੁੱਗੀਆਂ ਦਾ ਇਲਾਕਾ, ਔਰ ਕਾਫੀ ਇੱਥੇ ਜਿਹੜਾ ਇਹ ਮਤਲਬ ਬੜਾ, ਮੈਂ ਵੀ ਇਲੈਕਸ਼ਨ ਦੌਰਾਨ ਐਕਸਿਨ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਸਰ ਇਹ ਇਲਾਕੇ ਦੇ ਵਿੱਚ ਵੇਖਿਆ ਜਾਵੇ, ਕਿਉਂਕਿ ਇਹਨਾਂ ਨਾਲ ਪਾਣੀ ਲੋਕਾਂ ਦੇ ਘਰਾਂ 'ਚ ਵੜਿਆ, ਇੰਨੇ ਲੋਕ ਪਰੇਸ਼ਾਨ ਨੇ 2-2 3-3 ਮਹੀਨਿਆਂ ਤੋਂ। ਇਹਨਾਂ ਆਪਣੇ ਇਲਾਕੇ ਦੇ ਕੌਂਸਲਰ ਨੂੰ ਵੀ ਕਿਹਾ, ਲੇਕਿਨ ਕਹਿੰਦੇ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ। ਔਰ ਇੱਥੇ ਜੋ ਹਿਸਾਬ ਚੱਲ ਰਿਹਾ, ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਹਨਾਂ ਲੋਕਾਂ ਨੂੰ ਸਾਹਮਣਾ ਕਰਨਾ ਪਊ। ਔਰ ਸਰਕਾਰ ਸਾਡੀ ਕਹਿ ਰਹੀ ਹੈ ਕਿ ਸਮਾਰਟ ਸਿਟੀ, ਸਮਾਰਟ ਸਿਟੀ ਦਿਖ ਨਹੀਂ ਰਹੀ ਹੈ ਕੀ ਹੈ। ਇੰਨਾ ਬੁਰਾ ਹਾਲ ਇਹਨਾਂ ਲੋਕਾਂ ਦਾ, ਕੋਈ ਪੁੱਛਣ ਵਾਲਾ ਨਹੀਂ, ਕੋਈ ਗਿੱਛਣ ਵਾਲਾ ਨਹੀਂ। ਮੈਂ ਤਾਂ ਮਾਣਯੋਗ ਸਾਡੇ ਜਿਹੜੇ ਅੰਮ੍ਰਿਤਸਰ ਦੇ CMO ਸਾਹਿਬ ਨੇ, ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਥੋੜ੍ਹਾ ਜਿਹਾ ਇੱਥੇ ਆਪਣੀ ਟੀਮ ਭੇਜ ਕੇ ਦੇਖਣ ਵੀ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਨ ਡੇ ਨੇ। ਬੱਚਿਆਂ ਦਾ ਬਹਿਣਾ, ਖਾਣਾ ਪੀਣਾ ਔਖਾ ਹੋਇਆ ਪਿਆ, ਘਰਾਂ ਦੇ ਵਿੱਚ ਪਾਣੀ ਵੜਿਆ, ਕੋਈ ਬੰਦਾ ਆਪਣੇ ਘਰ ਦੇ ਵਿੱਚ ਬੈਠ ਕੇ ਰੋਟੀ ਨਹੀਂ ਬਣਾ ਸਕਦਾ ਰਸੋਈ ਦੇ ਵਿੱਚ, ਇੰਨੀ ਗੰਦਗੀ ਆ ਉੱਥੇ। ਕਿਉਂਕਿ ਮੇਰੇ ਕੋਲ ਵੀ ਆਏ ਨੇ ਸਾਰੇ ਮੇਰੇ ਦਫ਼ਤਰ ਦੇ ਵਿੱਚ, ਅਗਰ ਇਹਨਾਂ ਦੀ ਸਮੱਸਿਆ ਦਾ ਨਹੀਂ ਕੋਈ ਹੱਲ ਹੁੰਦਾ, ਕੋਈ ਹਫ਼ਤੇ ਦੇ ਵਿੱਚ ਇਹਨਾਂ ਦਾ ਕੋਈ ਨਹੀਂ ਹੱਲ ਹੁੰਦਾ, ਤਾਂ ਸਾਨੂੰ ਨਾ ਮਜਬੂਰ ਕਰਨ ਕਿ ਅਸੀਂ ਸੰਘਰਸ਼ 'ਤੇ ਤੁਰੀਏ। ਅਗਰ ਅਸੀਂ ਸੰਘਰਸ਼ 'ਤੇ ਤੁਰ ਪਏ ਤਾਂ ਫਿਰ ਉਹਦੀ ਜ਼ਿੰਮੇਦਾਰ ਜਿਹੜੀ ਹੈ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਦਾ ਕਾਰਪੋਰੇਸ਼ਨ ਦਾ ਪ੍ਰਸ਼ਾਸਨ ਹੋਊਗਾ। ਕਹਿਣ ਨੂੰ ਸਮਾਰਟ ਸਿਟੀ, ਪਰ ਜੇ ਗੱਲ ਕਰ ਲਈਏ ਜ਼ਮੀਨੀ ਸਤਰ ਦੀ, ਜਗ੍ਹਾ ਜਗ੍ਹਾ ਨਰਕ ਭਰਿਆ ਹਾਰ ਦੇਖਣ ਨੂੰ ਮਿਲ ਰਿਹਾ। ਸਾਡੀ ਟੀਮ ਪਹੁੰਚੀ ਹੈ ਰੀਗੋ ਬ੍ਰਿਜ ਦੇ ਨਾਲ ਲੱਗਦੀਆਂ ਝੁੱਗੀਆਂ ਦੇ ਵਿੱਚ, ਜਿੱਥੇ ਕਿ ਲੋਕ ਬਿਮਾਰੀਆਂ ਨੂੰ ਦਸਤਕ ਦਿੰਦੇ ਨਜ਼ਰ ਆ ਰਹੇ ਨੇ, ਬਿਮਾਰੀਆਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ। ਪਰ ਪ੍ਰਸ਼ਾਸਨ ਹਵਾਈ ਗੱਲਾਂ ਕਰ ਰਿਹਾ, ਕਿਤਾਬੀ ਗੱਲਾਂ ਕਰ ਰਿਹਾ ਕਿ ਸਮਾਰਟ ਸਿਟੀ ਬਣਾ ਦਿੱਤੀ, ਪਰ ਸਾਡੀ ਕੈਮਰੇ ਰਾਹੀਂ ਜਿਹੜੀਆਂ ਤਸਵੀਰਾਂ ਖਿੱਚੀਆਂ ਗਈਆਂ ਤੁਹਾਡੇ ਰੂਬਰੂ ਕੀਤੀਆਂ ਜਾ ਰਹੀਆਂ ਨੇ, ਅਤੇ ਲੋਕਾਂ ਦੀ ਕੋਈ ਮੰਗ ਆ ਕਿ ਪਹਿਲ ਦੇ ਆਧਾਰ 'ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਦੇ ਇਲਾਕੇ ਨੂੰ ਸਵਾਰਿਆ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਦਿੱਕਤ ਆ ਰਹੀ ਹੈ, ਬਿਮਾਰੀਆਂ ਦਾ ਜਿਹੜਾ ਹਾਲ ਬਣਿਆ ਪਿਆ, ਉਹ ਬਿਲਕੁਲ ਠੀਕ ਹੋਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼, ਅੰਮ੍ਰਿਤਸਰ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ, ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ।
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੀਆਂ ਬਰੂਹਾਂ 'ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ 4,362 ਲੋਕਾਂ ਨੇ 5,423 ਸੇਵਾਵਾਂ ਦਾ ਘਰ ਬੈਠੇ ਹੀ ਲਾਭ ਲਿਆ ਅਤੇ ਹੁਣ ਤੱਕ 5,241 ਲੋਕਾਂ ਨੂੰ ਇਹ ਸੇਵਾ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਲੋਕਾਂ ਨੂੰ ਵੀ ਨਿਸ਼ਚਿਤ ਸਮੇਂ ਦੇ ਅੰਦਰ ਹੀ ਇਹ ਸੁਵਿਧਾ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਸੰਬੰਧੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਜਾਣਕਾਰੀ ਦਿੱਤੀ ਗਈ। ਆਉਣ ਵਾਲੇ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਵੱਖ ਵੱਖ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ 10 ਲੱਖ ਬੂਟੇ ਲਗਾਉਣ ਦਾ ਜੋ ਟੀਚਾ ਮਿਥਿਆ ਗਿਆ ਸੀ ਦੇ ਸੰਬੰਧ ਵਿੱਚ ਵਿਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਰੈਵਨਿਊ ਮੀਟਿੰਗ ਕੀਤੀ ਅਤੇ ਹਿਦਾਇਤ ਕੀਤੀ ਕਿ ਉਹ ਬੂਟਿਆਂ ਦੀ ਮੰਗ ਅਨੁਸਾਰ ਜ਼ਿਲ੍ਹਾ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰਨ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ 'ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਵੇਰਕਾ ਦੇ SHO ਅਮਨਜੋਤ ਕੌਰ ਸੋਹੀ ਨੂੰ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਗਿਆ ਸਨਮਾਨਿਤ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਫਨਲੈਂਡ ਆਪਣੇ ਬੱਚੋਂ ਕੋ ਨੇਚਰ ਕਾ ਅਨੁਭਵ ਔਰ ਰਾਈਡਸ ਕਾ ਫਨ ਦੀਜੀਏ। ਆਈਏ ਕੰਪਨੀ ਬਾਗ ਮੇ ਸਭ ਕੇ ਮਨਪਸੰਦ ਫਨਲੈਂਡ ਮੇ ਔਰ ਮਜ਼ੇ ਲੀਜੀਏ ਬੇਸ਼ੁਮਾਰ ਰਾਈਡਸ, ਬੋਟਿੰਗ, ਰੈਸਟੋਰੈਂਟ, ਹਾਰਸ ਰਾਈਡਿੰਗ, ਆਰਟੀਫਿਸ਼ਲ ਜ਼ੂ, ਡਾਂਸ ਔਰ ਬਹੁਤ ਸਾਰੀ ਐਕਸਾਈਟਿੰਗ ਐਕਟੀਵਿਟੀਜ਼ ਕਾ। ਐਂਟਰੀ ਸਿਰਫ 5 ਰੁਪਏ ਸੇ ਸ਼ੁਰੂ। Land in your city, unlimited fun. Tujhe dekha hua pagal, pagal, pagal. Body, body, just a bottle, bottle, bottle. Pasa chane ja, pan meri Yamaha. Let me hit the throttle. Let me make you move. Let me make you move. Come bad boy, baby, banda thoda crack. Yeah, jaan leva, is a mera swag. Yeah, let me make you move. Let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ।
ਵੇਰਕਾ ਦੇ SHO ਅਮਨਜੋਤ ਕੌਰ ਸੋਹੀ ਨੂੰ ਇਲਾਕਾ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਲੋਕਾਂ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। SHO ਅਮਨਜੋਤ ਕੌਰ ਸੋਹੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਮਾੜੇ ਅਨਸਰਾਂ ਦੀ ਨਕੇਲ ਕੱਸਣ ਵਾਸਤੇ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੀ ਹਾਂ, ਥਾਣਾ ਵੇਰਕੇ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਆ ਕਿ ਕਾਇੰਡਲੀ ਆਪਣੇ ਏਰੀਏ ਨੂੰ ਵਧੀਆ ਖੁਸ਼ਹਾਲ ਨਸ਼ਾ ਮੁਕਤ ਬਣਾਉਣ ਵਿੱਚ ਮੇਰਾ ਸਾਥ ਦਿਓ। ਮੈਂ ਹਰ ਟਾਈਮ ਤੁਹਾਡੇ ਨਾਲ ਹਾਂ। ਅਗਰ ਥਾਣੇ ਦੇ ਇਲਾਕੇ ਵਿੱਚ ਕਿਸੇ ਵੀ ਨਿਵਾਸੀ ਨੂੰ ਕਿਸੇ ਵੀ ਬੰਦੇ ਦਾ ਕਿਸੇ ਨਸ਼ਾ ਤਸਕਰ ਦਾ ਪਤਾ ਲੱਗਦਾ ਕਿ ਇਹ ਬੰਦਾ ਨਸ਼ਾ ਵੇਚਦਾ ਆ ਜਾਂ ਨਸ਼ਾ ਵੰਡਦਾ ਆ, ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੂੰ ਉਕਸਾਉਂਦਾ ਆ ਕਿ ਤੁਸੀਂ ਆ ਕੇ ਨਸ਼ਾ ਕਰੋ, ਮੇਰਾ ਪਰਸਨਲ ਨੰਬਰ ਆ 9846464984। ਇਸ ਨੰਬਰ 'ਤੇ ਮੇਰੇ ਨਾਲ ਪਰਸਨਲੀ ਕੰਟੈਕਟ ਕਰ ਸਕਦੇ ਆ। ਕਿਸੇ ਦਾ ਵੀ ਨਾਮ ਨਸ਼ਰ ਨਹੀਂ ਕੀਤਾ ਜਾਏਗਾ। ਇਹ ਗੁਪਤ ਸੂਚਨਾ ਜਿਹੜੀ ਆ ਤੁਸੀਂ ਮੈਨੂੰ ਦੇ ਸਕਦੇ ਹੋ। ਅਗਰ ਕੋਈ ਨਸ਼ਾ ਛੱਡਣਾ ਵੀ ਚਾਹੁੰਦਾ ਹੋਏ ਉਹ ਵੀ ਮੇਰੇ ਨੰਬਰ 'ਤੇ ਸੰਪਰਕ ਕਰ ਸਕਦਾ ਹੈ, ਉਹਦੀ ਪੂਰੀ ਹੈਲਪ ਕੀਤੀ ਜਾਏਗੀ। ਅਸੀਂ ਵੇਰਕੇ ਥਾਣੇ ਆਏ ਹਾਂ ਜੀ, ਅਮਨਜੀਤ ਕੌਰ ਵੇਰਕਾ ਨੂੰ ਮਿਲਣ ਵਾਸਤੇ ਆਏ ਜੀ। ਅਸੀਂ ਉਹਨਾਂ ਦਾ ਸਨਮਾਨਿਤ ਕੀਤਾ ਹੈ ਔਰ ਉਹਨਾਂ ਦੇ ਵਿਚਾਰ ਸੁਣੇ ਨੇ, ਸਾਨੂੰ ਬਹੁਤ ਚੰਗੇ ਲੱਗੇ ਜੀ। ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਮਨਾਉਣ ਅਤੇ ਆਪਰੇਸ਼ਨ ਵਿਜੇ ਦੀ ਮਹਾਨ ਕੁਰਬਾਨੀ ਦੇਣ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਫੌਜ ਨੇ ਨਵੀਂ ਦਿੱਲੀ ਤੋਂ ਕਾਰਗਿਲ ਦੀਆਂ ਬਰਫੀਲੀਆਂ ਪਹਾੜੀਆਂ ਤੱਕ ਆਲ ਇੰਡੀਆ ਮੋਟਰਸਾਈਕਲ ਡਰਾਈਵ ਦੀ ਸ਼ੁਰੂਆਤ ਕੀਤੀ। 20 ਮੈਂਬਰੀ ਮੁਹਿੰਮ ਟੀਮ 27 ਜੂਨ 2024 ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਈ। 30 ਜੂਨ 2024 ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ ਅਤੇ ਇਸ ਨੂੰ ਪੈਂਥਰ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਮੁਕੇਸ਼ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। KVI ਬਲੱਡ ਬੈਂਕ ਵੱਲੋਂ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕਈ ਲੋਕਾਂ ਨੇ ਆ ਕੇ ਖੂਨਦਾਨ ਕੀਤਾ। ਇਸ ਮੌਕੇ ਬਲੱਡ ਬੈਂਕ ਦੇ ਮਾਲਕ ਬਿਕਰਮਜੀਤ ਸਿੰਘ ਨੇ ਆਖਿਆ ਕਿ ਖੂਨ ਦੀ ਇੱਕ ਇੱਕ ਬੂੰਦ ਬਹੁਤ ਕੀਮਤੀ ਹੈ ਅਤੇ ਲੋਕਾਂ ਨੂੰ ਵੱਧ ਚੜ੍ਹ ਕੇ ਖੂਨਦਾਨ ਕਰਨਾ ਚਾਹੀਦਾ ਤਾਂ ਜੋ ਕਿਸੇ ਲੋੜਵੰਦ ਦੀ ਮਦਦ ਹੋ ਸਕੇ। ਅੱਜ KVI ਬਲੱਡ ਬੈਂਕ ਦੇ 4 ਸਾਲ ਪੂਰੇ ਹੋਣ 'ਤੇ ਜਿਹੜਾ ਜਿਨ੍ਹਾਂ ਨੇ ਬਲੱਡ ਕੈਂਪ ਆਪਣੀ ਬਲੱਡ ਕੈਂਪ ਇੱਥੇ ਬਲੱਡ ਬੈਂਕ 'ਚ ਲਾਇਆ ਔਰ ਸਾਰੀ ਟੀਮ ਵਧਾਈ ਦੇ ਪਾਤਰ ਨੇ ਔਰ ਇਹਨਾਂ ਦੇ ਜਿਹੜੇ ਓਨਰ ਨੇ ਬਿਕਰਮਜੀਤ ਸਿੰਘ ਨੂੰ ਬਹੁਤ ਹੀ ਇੱਕ ਸਮਾਜ ਸੇਵੀ ਕੰਮ ਕਰਦੇ ਨੇ। ਸੋ ਅੰਮ੍ਰਿਤਸਰ ਸਾਹਿਬ ਦੇ ਵਿੱਚ KVI ਬਲੱਡ ਬੈਂਕ ਇਹੋ ਜਿਹਾ ਜਿਹੜਾ ਬਾਕੀ ਬਲੱਡ ਬੈਂਕਾਂ ਨਾਲੋਂ ਟੈਸਟਿੰਗ ਫੀਸ ਵੀ ਘੱਟ ਹੈ ਔਰ ਇੱਥੇ ਨੀਡ ਜਿਹੜਾ ਪੇਸ਼ੈਂਟ ਆਉਂਦਾ ਵਾ ਉਹਦੀ ਵੀ ਤਕਰੀਬਨ ਹੈਲਪ ਕੀਤੀ ਜਾਂਦੀ ਹੈ। ਔਰ ਅੱਜ KVI ਬਲੱਡ ਬੈਂਕ ਜੋ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸੇਵਾਵਾਂ ਦਿੰਦਿਆਂ ਨੂੰ 4 ਸਾਲ ਪੂਰੇ ਹੋਏ ਨੇ, ਉਹਦੀ ਖੁਸ਼ੀ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਦਾ ਬਹੁਤ ਉਤਸ਼ਾਹ ਮਿਲ ਰਿਹਾ ਹੈ ਔਰ ਇਹ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਇੱਕ ਬੜੀ ਸੇਵਾ ਦਾ ਕੰਮ ਕਰ ਰਹੀ ਹੈ ਸੰਸਥਾ ਇਹ ਬਲੱਡ ਬੈਂਕ, ਕਿਉਂਕਿ ਇਸ ਤਰ੍ਹਾਂ ਦਾ ਪਹਿਲਾ ਬਲੱਡ ਬੈਂਕ ਹੈ ਜੋ ਇੱਕ ਹੋਸਪਿਟਲ ਤੋਂ ਇਲਾਵਾ ਜੋ ਬਲੱਡ ਬੈਂਕ ਚੱਲ ਰਿਹਾ ਸਟੈਂਡ ਅਲੋਨ। ਸ਼੍ਰੀ ਅੰਮ੍ਰਿਤਸਰ ਡਾਇਗਨੋਸਟਿਕ ਸੈਂਟਰ ਨੇੜੇ ਟ੍ਰਿਲੀਅਮ ਮਾਲ ਵਿਖੇ MD ਡਾਕਟਰ ਰਜਨੀ ਸ਼ਰਮਾ ਦੀ ਅਗਵਾਈ ਵਿੱਚ ਡਾਕਟਰ ਡੇ ਮਨਾਇਆ ਗਿਆ। ਇਸ ਮੌਕੇ 'ਤੇ ਕੇਕ ਕੱਟਿਆ ਗਿਆ ਅਤੇ ਸਮੂਹ ਦੇਸ਼ ਦੇ ਡਾਕਟਰਾਂ ਨੂੰ ਇਸ ਦਿਹਾੜੇ ਦੀ ਵਧਾਈ ਵੀ ਦਿੱਤੀ ਗਈ। ਇਸ ਮੌਕੇ ਰਸ਼ਮੀ ਸ਼ਰਮਾ, ਪਾਰਥ ਸ਼ਰਮਾ, ਸੁਨੀਲ ਗੁਪਤਾ, ਡਾਕਟਰ ਰਜਤ ਅਗਰਵਾਲ, ਡਾਕਟਰ ਨੇਹਾ ਸ਼ਰਮਾ, ਡਾਕਟਰ ਦੀਪਤੀ ਨਾਇਕ ਸਮੇਤ ਸਟਾਫ ਮੈਂਬਰ ਹਾਜ਼ਰ ਸਨ। ਸਾਨੂੰ ਲੋਕਾਂ ਨੂੰ ਡਾਕਟਰਾਂ ਦਾ ਸਤਿਕਾਰ ਕਰਨਾ ਚਾਹੀਦਾ। ਡਾਕਟਰ ਰੱਬ ਤੋਂ ਬਾਅਦ ਇਹ ਦੂਸਰੇ ਨੇ ਜਿਨ੍ਹਾਂ ਨੂੰ ਅਸੀਂ ਰੱਬ ਮੰਨਦੇ ਹਾਂ। ਕਈ ਕੇਸਾਂ 'ਚ ਬੰਦੇ ਨੂੰ ਜਵਾਬ ਹੋ ਗਿਆ ਹੁੰਦਾ, ਇੱਕ ਡਾਕਟਰ ਕਮਿਊਨਿਟੀ ਹੈ ਕਿ ਜਿਹੜੀ ਮਿਹਨਤ ਲਾ ਕੇ ਉਸ ਬੰਦੇ ਨੂੰ ਨਵਾਂ ਜੀਵਨ ਦਿੰਦੀ ਹੈ, ਉਹ ਆਪਣੇ ਬੱਚਿਆਂ 'ਚ ਫੈਮਿਲੀ 'ਚ ਖੁਸ਼ੀ ਖੁਸ਼ੀ ਜਾਂਦਾ। ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਨਾਜੋਵਾਲੀ ਵਿਖੇ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਮੋਹਨ ਰਾਮ ਅਤੇ ਉਸਦੇ ਚਾਚਾ ਮੁਖਤਾਰ ਸਿੰਘ ਨਾਲ
ਟਿਊਬਵੈਲ ਨੂੰ ਲੈ ਕੇ ਦੋਸ਼ੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਨੂੰ ਲੈ ਕੇ ਇੱਕ ਧਿਰ ਵੱਲੋਂ ਅੰਮ੍ਰਿਤਸਰ ਮਹਿਤਾ ਰੋਡ ਜਾਮ ਕੀਤਾ ਗਿਆ ਅਤੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਪੁਲਿਸ ਚੌਂਕੀ ਇੰਚਾਰਜ ਰਸ਼ਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਭਰੋਸਾ ਦਵਾਇਆ ਕਿ ਉਹਨਾਂ ਵੱਲੋਂ ਉਚਿਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਸ ਮੌਕੇ ਭਗਵਾਨ ਵਾਲਮੀਕਿ ਸੰਘਰਸ਼ ਚੇਅਰਮੈਨ ਹਰਦੀਪ ਸਿੰਘ ਪੰਗਾਲੀ, ਸਰਬਜੀਤ ਸਿੰਘ ਫਤਿਹਪੁਰ ਸਮੇਤ ਲੋਕ ਮੌਜੂਦ ਸਨ। ਅੱਜ ਅਸੀਂ ਜੋ ਪਿੰਡ ਨਾਜੋਵਾਲੀ ਵਿਖੇ ਸਾਡੇ ਵੀਰ ਮੋਹਨ ਰਾਮ ਦੇ ਸੱਟਾਂ ਲਾਈਆਂ ਗਈਆਂ, ਉਹਨੂੰ ਜਾਨੋਂ ਮਾਰ ਦੀ ਨੀਤ ਨਾਲ ਹਮਲਾ ਕੀਤਾ ਗਿਆ। ਇਸ ਵਿੱਚ ਐਫ ਆਈ ਆਰ 147 ਦੇ ਵਿੱਚ ਅੱਜ ਸ਼ੁਰੂ ਵਿੱਚ ਵਾਧਾ ਕਰਤਾ। 16 ਤਰੀਕ ਦੀ ਘਟਨਾ ਵਾਪਰੀ ਆ, ਐਸ ਐਸ ਪੀ ਸਾਹਿਬ ਨੂੰ ਮਿਲੇ ਆ, ਡਿਪਟੀ ਸਾਹਿਬ ਨੂੰ ਮਿਲੇ ਆ, ਤੇ ਅੱਜ ਪਰਚਾ 26 ਦਾ ਦਰਜ ਕਰਾਉਣ ਵਾਸਤੇ ਫਿਰ ਸਾਨੂੰ ਸੰਘਰਸ਼ ਕਰਨਾ ਪਿਆ, ਧਰਨਾ ਲਾਉਣਾ ਪਿਆ। ਅਸੀਂ ਅਜੇ 326 ਤੋਂ ਸੰਤੁਸ਼ਟ ਨਹੀਂ ਆ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਜੁਰਮ 'ਚ ਵਾਧਾ ਕਰਕੇ 307 ਲੱਗਣੀ ਚਾਹੀਦੀ ਆ। ਜੀ, ਪਹਿਲਾਂ ਇਹਨਾਂ ਦਾ ਮੁਕੱਦਮਾ ਦਰਜ ਹੋ ਚੁੱਕਾ ਜੀ, ਧਾਰਾ 323 324 ਆਈ ਪੀ ਸੀ, ਤੇ ਹੁਣ ਇਹਨਾਂ ਦਾ ਨਤੀਜਾ ਆਇਆ ਵਾ ਜਿਹੜੀ ਵੀ ਐਸ ਉਹ 326 ਧਾਰਾ ਲਾ ਕੇ ਜਿਹੜਾ ਦਰਜ ਕਰਦਾ ਵਾ ਦਰਜ ਕਰਦੀ ਆ, ਇਹਨਾਂ ਨੂੰ ਦੇ ਦਿੱਤੀ। ਦੋਸ਼ੀ ਫੜਿਆ ਜੀ, ਦੋਸ਼ੀਆਂ ਦਾ ਹੋਣ ਹੋਇਆ ਜੀ, 326 ਦਾ ਮੁਕੱਦਮਾ ਹੁਣ ਫੜਾਂਗੇ ਜੀ, ਉਦੋਂ ਤੱਕ ਫੜ ਲਓ ਜੀ, ਬਸ ਜਲਦੀ ਜਲਦੀ ਫੜ ਕੇ ਦੇ ਦਿਓ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਵੱਲੋਂ ਬਾਬਾ ਜੀਵਨ ਸਿੰਘ ਕਲੋਨੀ ਗੁਰਦੁਆਰਾ ਬੋਹੜੀ ਸਾਹਿਬ ਤੋਂ ਗੁਰੂ ਕੀ ਵਡਾਲੀ ਰੋਡ ਤੇ ਪੈਂਦੀ ਕਲੋਨੀ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਤੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ, ਬਾਬਾ ਨਛੱਤਰ ਨਾਥ ਗਿੱਲ, ਰਮੇਸ਼ ਵਡਾਲੀ, ਪਰਮਜੀਤ ਵਡਾਲੀ, ਸਤਾਮ ਸਿੰਘ, ਹੀਰਾ ਸਿੰਘ, ਮਹਾਮੰਡਲੇਸ਼ਵਰ ਸਵਾਮੀ, ਅਸ਼ਨੀਲ ਜੀ ਮਹਾਰਾਜ, ਹੀਰਾ ਸਿੰਘ ਵੀ ਮੌਜੂਦ ਸਨ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਤੋਂ ਉਹਨਾਂ ਵੱਲੋਂ ਜਿਹੜਾ ਆ ਆਪਣੇ ਅਧਿਕਾਰਾਂ ਅਤੇ ਹੱਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਿਹੜਾ ਮੋਰਚਾ ਲਾਇਆ ਪਿਆ ਆ ਇੱਥੇ, ਸਾਡੀ ਪੈਲੀ ਹੈਗੀ ਆ ਜੋ ਸ਼ਡਿਊਲ ਕਾਸਟ ਭਾਈਚਾਰੇ ਦੀ ਆ, ਸੋ ਉਸ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ। ਪੁਰਾਣੀ ਪੰਚਾਇਤ ਨੇ ਇਹਨਾਂ ਨੂੰ ਜਦੋਂ ਕਲੋਨੀ ਕੱਟੀ ਸੀ ਗੁਰਦੁਆਰੇ ਵਾਸਤੇ, ਸਕੂਲ ਵਾਸਤੇ ਅਤੇ ਸਕੂਲ ਦੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵਾਸਤੇ ਜਗ੍ਹਾ ਛੱਡੀ ਸੀਗੀ। ਆਈ ਹੋਈ ਸਾਰੀ ਜਥੇਬੰਦੀਆਂ ਅਤੇ ਨਿਹੰਗ ਸਿੰਘਾਂ ਦਾ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ, ਅਤੇ ਸਾਨੂੰ ਇਹਨਾਂ ਤੋਂ ਉਮੀਦ ਆ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਸ਼੍ਰੀ ਅਮਰਨਾਥ ਯਾਤਰਾ ਦੇ ਸੰਬੰਧ ਵਿੱਚ ਸ਼ਿਵ ਓਮ ਸੇਵਾ ਮੰਡਲ ਛਿਹਾਟਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਰੋਟ ਰੋਡ ਕਠੂਆ ਵਿਖੇ ਲੰਗਰ ਲਗਾਇਆ ਗਿਆ। ਭੰਡਾਰੇ ਦੀ ਸ਼ੁਰੂਆਤ ਸ਼ਿਵ ਜਾਗਰਣ ਕਰਕੇ ਕੀਤੀ ਗਈ। ਇਸ ਮੌਕੇ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਅਸ਼ੋਕ ਕੁਮਾਰ ਬੇਦੀ, ਦੀਪਕ ਬਹਿਲ, ਸੰਤ ਵਿਸ਼ਾਲ ਜੀ, ਮਾਨਵ ਸੋਢੀ, ਲਲਿਤ ਕੁਮਾਰ, ਸੰਦੀਪ ਰਾਮਪਾਲ, ਸੁਰਿੰਦਰ ਮਿੱਤਲ ਵੀ ਮੌਜੂਦ ਸਨ। ਇਹ ਭੰਡਾਰਾ ਭਗਵਾਨ ਸ਼ਿਵ ਦੀ ਇੱਛਾ ਤੱਕ ਚੱਲੇਗਾ। सेवा मंडल की ओर से जिसके चेयरमैन श्री अशोक व्यक्ति जी और साढ़े प्रधान जी और सभी संगीत व्यक्तियों के द्वारा ਇੰਟਰਨੈਸ਼ਨਲ ਡਾਕਟਰ ਡੇ ਦੇ ਮੌਕੇ ਸਮੂਹ ਡਾਕਟਰ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਚੇਅਰਮੈਨ ਦੀਪਕ ਸੂਰੀ, ਪ੍ਰਧਾਨ ਕਸ਼ਮੀਰ ਸਹੋਤਾ ਅਤੇ ਸਲਾਹਕਾਰ ਮਨਦੀਪ ਸਿੰਘ ਵੱਲੋਂ ਸੰਧੂ ਕਲੋਨੀ ਛਿਹਾਟਾ ਵਿਖੇ
ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੁਵਰ ਵਿਸ਼ਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰਿਟਾਇਰਡ SP ਕੇਵਲ ਕ੍ਰਿਸ਼ਨ, ਨਿਸ਼ਾਨ ਸਿੰਘ ਅਟਾਰੀ, ਰਵੀ ਪ੍ਰਕਾਸ਼, ਹਰਜਿੰਦਰ ਸਿੰਘ ਅਟਾਰੀ ਸਮੇਤ ਲੋਕ ਮੌਜੂਦ ਸਨ। ਅੱਜ ਡਾਕਟਰ ਡੇ 'ਤੇ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਕੁਵਰ ਰਿਹੈਬ ਹੋਸਪਿਟਲ ਡਾਕਟਰ ਕੁਵਰ ਵਿਸ਼ਾਲ ਜੀ ਨੂੰ ਅੱਜ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਜੀ। ਅੱਜ ਡਾਕਟਰ ਡੇ ਹੈ, ਇਹ ਸਾਰੀ ਜਿੰਨੇ ਵੀ ਜਨਮਾਨਯ ਵਿਅਕਤੀ ਬੈਠੇ ਆ ਇਹਨਾਂ ਨੇ ਮਤਲਬ ਤੈਅ ਕੀਤਾ ਸੀ ਵੀ ਅੱਜ ਅਸੀਂ ਜਾ ਕੇ ਕੁਵਰ ਹੋਸਪਿਟਲ ਰਿਹੈਬ ਦੇ ਵਿੱਚ ਜਾ ਕੇ ਅਤੇ ਡਾਕਟਰ ਸਾਹਿਬ ਨੂੰ ਸਾਰੇ ਮਰੀਜ਼ਾਂ ਨੂੰ ਮਿਲੀਏ ਅਤੇ ਡਾਕਟਰ ਸਾਹਿਬ ਨੂੰ ਸਨਮਾਨਿਤ ਕਰੀਏ। ਬਾਕੀ ਡਾਕਟਰ ਦੇਸ਼ 'ਤੇ ਜਿੰਨੇ ਵੀ ਡਾਕਟਰ ਅੱਜ ਸਨਮਾਨਿਤ ਨੇ, ਮੈਂ ਸਾਰਿਆਂ ਨੂੰ ਹੀ ਇੱਕ ਵਧਾਈ ਦਿੰਦਾ ਆਪਣੇ ਵੱਲੋਂ, ਔਰ ਆਪਣੇ ਪ੍ਰੋਫੈਸ਼ਨ ਨੂੰ ਡੈਡੀਕੇਸ਼ਨ ਦੇ ਨਾਲ ਉਹ ਕਰਦੇ ਰਹਿਣ ਔਰ ਮਿਹਨਤ ਕਰਨ, ਪਰਮਾਤਮਾ ਦਿਨ ਰਾਤ ਉਹਨਾਂ ਨੂੰ ਚੌਗਣੀ ਤਰੱਕੀ ਦੇਵੇ। ਖਵਾਜ਼ਾ ਗਰੀਬ ਨਿਵਾਜ਼ ਜੀ ਦਾ ਮੇਲਾ ਮੁਬਾਰਕ। ਦਰਬਾਰ ਖਵਾਜ਼ਾ ਮੋਇਨੋਦੀਨ ਚਿਸ਼ਤੀ ਦਰਗਾਹ ਚੌਂਕ ਛਿਹਾਟਾ ਅੰਮ੍ਰਿਤਸਰ ਵਿਖੇ ਸਾਲਾਨਾ ਮੇਲਾ 4 ਜੁਲਾਈ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਦਰਗਾਹ ਦੇ ਮੁੱਖ ਸੇਵਾਦਾਰ ਸਾਈਂ ਰਿੰਕੂ ਸ਼ਾਹ ਕਾਦਰੀ ਨੇ ਦੱਸਿਆ ਕਿ 2 ਜੁਲਾਈ ਨੂੰ ਦਰਗਾਹ 'ਤੇ ਜਾਗੋ ਕੱਢੀ ਜਾਵੇਗੀ ਅਤੇ 3 ਜੁਲਾਈ ਨੂੰ ਮਹਿੰਦੀ ਡੋਰੀ ਰਸਮ ਹੋਵੇਗੀ ਅਤੇ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ। 4 ਜੁਲਾਈ ਨੂੰ ਸੇਰਾਬੰਦੀ ਹੋਵੇਗੀ ਅਤੇ ਸ਼ਾਮ ਨੂੰ ਝੰਡਾ ਰਸਮ ਹੋਵੇਗੀ। ਇਸ ਤੋਂ ਬਾਅਦ ਪ੍ਰਸਿੱਧ ਕਵਾਲਾਂ ਵੱਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਸੰਗਤਾਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਹਨਾਂ ਆਖਿਆ 3 ਦਿਨ ਲੰਗਰ ਅਤੁੱਟ ਵਰਤਾਇਆ ਜਾਵੇਗਾ। ਔਰ ਜਿਹੜੀ ਮਹਿੰਦੀ ਦੀ ਰਸਮ ਹੈ ਉਹ 3 ਜੁਲਾਈ ਨੂੰ ਹੋਣੀ ਆ। 4 ਤਰੀਕ ਨੂੰ ਸਵੇਰ ਨੂੰ 1 ਵਜੇ ਸੇਰਾਬੰਦੀ ਹੋਏਗੀ, ਉਸ ਤੋਂ ਬਾਅਦ ਸ਼ਾਮ ਨੂੰ ਸਾਰਾ ਕਵਾਲੀ ਦਾ ਔਰ ਮੇਲੇ ਦਾ ਜਿਹੜਾ ਝੰਡੇ ਦੀ ਰਸਮ, ਚਾਦਰਾਂ ਜਿਹੜੀਆਂ ਸਰਕਾਰ ਦੇ ਦਰਬਾਰ ਦੇ ਉੱਤੇ ਪੇਸ਼ ਹੋਣਗੀਆਂ। ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਨੇ ਬਟਾਲਾ ਰੋਡ ਵਿਖੇ ਲੋੜਵੰਦਾਂ ਵਿੱਚ ਸਬਜ਼ੀਆਂ ਵੰਡੀਆਂ। ਹਰ ਸ਼ਨੀਵਾਰ ਲਗਾਤਾਰ 9 ਵਜੇ ਇੱਥੇ ਸਬਜ਼ੀਆਂ ਵੰਡੀਆਂ ਜਾਂਦੀਆਂ। ਮੈਂ ਇੰਨੀ ਬੇਨਤੀ ਜ਼ਰੂਰ ਸਾਡੀ ਸਵੀਕਾਰ ਕਰਨਾ ਵੀ ਜਿਹੜਾ ਜ਼ਰੂਰਤਮੰਦ ਹੋਵੇ ਅਤੇ 34 ਨੰਬਰ ਪਿੱਲਰ ਬਟਾਲਾ ਰੋਡ ਵਿੱਚ ਭੇਜ ਕੇ ਸਾਡਾ ਸਹਿਯੋਗ ਕਰਨਾ। ਧੰਨਵਾਦ। ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਸਾਹਿਬ ਸਿੰਘ ਜੀ ਪਿੰਡ ਮੋੜੇ ਵਿਖੇ 2 ਅਤੇ 3 ਜੁਲਾਈ ਨੂੰ ਜੋੜ ਮੇਲਾ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਮੇਲੇ ਵਿੱਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। 2 ਜੁਲਾਈ ਨੂੰ ਦੀਵਾਨ ਸੱਜਣਗੇ ਅਤੇ 3 ਜੁਲਾਈ ਦੀ ਸ਼ਾਮ ਨੂੰ ਨਾਮਵਾਰ ਕਬੱਡੀ ਦੀਆਂ ਟੀਮਾਂ ਦੇ ਮੈਚ ਹੋਣਗੇ। ਕਾਰ ਸੇਵਾ ਗੁਰੂ ਕਾ ਬਾਗ, ਸੰਤ ਬਾਬਾ ਹਰਿਹਰਾ ਸਿੰਘ ਜੀ ਸੱਚਖੰਡ ਵਾਸੀ, ਸੰਤ ਬਾਬਾ ਲੱਖਾ ਸਿੰਘ ਸੱਚਖੰਡ ਜੀ, ਜਹੇਦਾਰ ਬਾਬਾ ਸਤਨਾਮ ਸਿੰਘ ਜੀ, ਉਹਨਾਂ ਦੀ ਅਗਵਾਈ ਹੇਠ ਬਾਬਾ ਸਾਹਿਬ ਸਿੰਘ ਜੀ ਮੌੜੇ ਪਿੰਡ ਇੱਥੇ ਮੇਲਾ ਇਸ ਸਾਲ ਜਿੱਦਾਂ ਮਨਾਇਆ ਜਾਂਦਾ, ਐਰਕੀ 1 ਤਰੀਕ ਨੂੰ ਅਖੰਡਪੁਰ ਸਾਹਿਬ ਆਰੰਭ ਹੋ ਜਾਣੇ ਆ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਿਸ਼ਵ ਡਾਕਟਰ ਦਿਵਸ ਮੌਕੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ। ਪੁਲਿਸ ਨੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਬਰਾਮਦ ਕੀਤੀ 84,17,000 ਰੁਪਏ ਦੀ ਹਵਾਲਾ ਕਰੰਸੀ। ਬੀਜੇਪੀ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੇ ਵੈਸਟ ਬੰਗਾਲ ਦੇ ਹਾਲਾਤਾਂ ਤੇ ਸਾਂਝੇ ਕੀਤੇ ਆਪਣੇ ਵਿਚਾਰ।
ਸਨ ਅੱਜ ਦੀਆਂ ਖਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।